ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੰਘ, ਮੈਨੇਜਿੰਗ ਡਾਇਰੈਕਟਰ ਆਫ ਇੰਡਸਟਰੀ ਇੰਸਟੀਟਿਊਟ ਆਫ ਆਲਸਟ ਇਮੀਗ੍ਰੇਸ਼ਨ ਸਰਵਿਸਿਸ। ਦੋਸਤੋ, ਤੁਹਾਨੂੰ ਸਮੇਂ ਸਿਰ ਸਾਡੀਆਂ ਅਚੀਵਮੈਂਟਸ ਮਿਲਦੀਆਂ ਪਈਆਂ ਵਾ ਕਿ ਸਾਡੇ ਕੋਲ ਬੱਚਿਆਂ ਦੇ ਜਿਨ੍ਹਾਂ ਦੇ ਵੀਜ਼ਾਸ ਲੱਗ ਰਹੇ ਹੈਗੇ ਆ, ਜਿਹੜੇ ਕਿ ਬੱਚੇ ਪਹਿਲਾਂ ਨਿਰਾਸ਼ ਚੱਲ ਰਹੇ ਹੁੰਦੇ ਆ 5.5 ਬੈਂਡ ਦੇ ਉੱਤੇ, 6 ਬੈਂਡ ਦੇ ਉੱਤੇ, 7 ਬੈਂਡਸ ਦੇ ਉੱਤੇ, ਯਾਨੀ ਕਿ ਜਿਨ੍ਹਾਂ ਦੇ ਰਿਫਿਊਜ਼ਲਸ ਵੀ ਬਹੁਤ ਜ਼ਿਆਦਾ ਲੱਗੀਆਂ ਹੁੰਦੀਆਂ ਵਾ, ਉਹ ਬੱਚਿਆਂ ਦੇ ਵੀਜ਼ਾਸ ਅਸੀਂ ਸਕਸੈਸਫੁਲੀ ਨਿਕਾਲ ਰਹੇ ਹੈਗੇ ਆ ਅਤੇ ਉਹ ਬੱਚੇ ਆਪਦਾ ਕੈਨੇਡਾ ਜਾਣ ਦੇ ਸੁਪਨੇ ਵੀ ਸਾਕਾਰ ਕਰ ਰਹੇ ਆ। ਨਾਲ ਦੀ ਨਾਲ ਜਿਨ੍ਹਾਂ ਬੱਚਿਆਂ ਦੇ ਆਲਸ ਦੇ ਵਿੱਚੋਂ ਬੈਂਡ ਸਕੋਰ ਘੱਟ ਆ ਰਹੇ ਆ, 5.5 ਦੇ ਉੱਤੇ ਸਟੱਕ ਹੋ ਰਹੇ ਹੈਗੇ ਆ, ਉਹਨਾਂ ਬੱਚਿਆਂ ਦੇ ਬੈਂਡ ਸਕੋਰ ਵੀ ਅਸੀਂ ਨਿਊਟੈਰਿਕ ਮੈਥਡ ਆਫ ਆਲਸ ਦੇ ਨਾਲ ਉਹਨਾਂ ਬੱਚਿਆਂ ਦੇ ਸੁਪਨੇ ਸਾਕਾਰ ਕਰ ਰਹੇ ਹਾਂ। ਉਹ ਆਪਣੇ ਬੈਂਡ ਸਕੋਰ 6.5 ਔਰ 7 ਬੈਂਡ ਸਕੋਰ ਲੈ ਰਹੇ ਆ। ਸੋ ਅੱਜ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਵਾਂ ਸਾਡੀ ਇੱਕ ਹੋਰ ਨਵੀਂ ਅਚੀਵਮੈਂਟ, ਜਿਸ ਦੇ ਵਿੱਚ ਅਸੀਂ ਕੈਨੇਡਾ ਦਾ ਵੀਜ਼ਾ ਵਿਦਇਨ 7 ਡੇਜ਼ ਵਿੱਚ ਹਾਸਲ ਕੀਤਾ ਹੈਗਾ ਵਾ। ਬੱਚੇ ਦੀ ਪਹਿਲਾਂ ਰਿਫਿਊਜ਼ਲ ਆਈ ਹੋਈ ਸੀਗੀ, ਬੱਚਾ ਪਹਿਲਾਂ ਬਹੁਤ ਜ਼ਿਆਦਾ ਨਿਰਾਸ਼ ਚੱਲ ਰਿਹਾ ਸੀਗਾ ਕਿਉਂਕਿ ਉਹਨਾਂ ਦੇ ਏਜੰਟਸ ਦੀ ਗਲਤੀ ਕਰਕੇ ਉਹਨਾਂ ਦਾ ਜਿਹੜਾ ਕੋਰਸ ਸੀਗਾ ਉਹ ਮਿਸਮੈਚ ਹੋ ਰਿਹਾ ਸੀਗਾ। ਅਤੇ ਉਸ ਟਾਈਮ ਦੇ ਉੱਤੇ ਜ਼ਿਆਦਾਤਰ ਮੈਂ ਇਹ ਬੱਚਿਆਂ ਨੂੰ ਰਿਕਮੈਂਡ ਵੀ ਕਰੂੰਗਾ ਕਿ ਤੁਸੀਂ ਜਦੋਂ ਵੀ ਆਪਣਾ ਕੇਸ ਲਗਵਾ ਰਹੇ ਹਾਂ ਆਪਣੇ ਏਜੰਟ ਦੇ ਕੋਲੋਂ ਜੋ ਕੁਛ ਵੀ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਹੈਗੀ ਹੈ, ਤੁਸੀਂ ਆਪਣੇ ਰਿਲੇਟਿਵਸ ਦੇ ਨਾਲ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਆ ਜਾਂ ਆਪਣੇ ਫਰੈਂਡਸ ਦੇ ਨਾਲ ਇੱਕ ਵਾਰ ਡਿਸਕਸ ਜ਼ਰੂਰ ਕਰੋ ਕਿ ਤੁਹਾਡਾ ਕੋਰਸ ਤੁਹਾਨੂੰ ਸਹੀ ਲੈ ਕੇ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ। ਕਿਉਂਕਿ ਅੱਜ ਜੋ ਕੈਂਡੀਡੇਟ ਮੇਰੇ ਕੋਲ ਬੈਠੇ ਹੋਏ ਆ ਇਹਨਾਂ ਦਾ ਜਨਵਰੀ ਸੈਸ਼ਨ ਦੇ ਵਿੱਚ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ ਵਾ ਸੀਗਾ। ਉਹ ਵੀਜ਼ਾ ਰਿਫਿਊਜ਼ਲ ਦਾ ਮੇਨ ਕਾਰਨ ਇਹ ਸੀਗਾ ਕਿ ਇਹਨਾਂ ਦਾ ਜਿਹੜਾ ਕੋਰਸ ਸੀਗਾ ਉਹ ਮਿਸਮੈਚ ਸੀਗਾ। ਮੈਨੂੰ ਖੁਦ ਨੂੰ ਪਹਿਲਾਂ ਹੈਰਾਨਗੀ ਹੋਈ ਸੀ ਕਿ ਏਜੰਟਸ ਜਿਹੜੇ ਕੰਸਲਟੈਂਟਸ ਹੈਗੇ ਆ ਉਹ ਐਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਹੈਗੇ ਆ। ਬਟ ਚਲੋ, ਮੇਰੇ ਕੋਲ ਜਦੋਂ ਇਹ ਬੱਚਾ ਆਇਆ ਸੀਗਾ ਕਾਫੀ ਨਿਰਾਸ਼ ਸੀਗੇ ਕਿ ਸਰ ਮੈਨੂੰ ਨਹੀਂ ਲੱਗਦਾ ਕਿ ਮੇਰਾ ਵੀਜ਼ਾ ਲੱਗ ਸਕਦਾ ਹੈਗਾ ਵਾ ਕਿਉਂਕਿ ਮੇਰੀ ਆਲਰੇਡੀ ਰਿਫਿਊਜ਼ਲ ਲੱਗ ਚੁੱਕੀ ਹੈ। ਬਟ ਯਾਨੀ ਕਿ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ, ਇਹਨਾਂ ਨੂੰ ਭਰੋਸਾ ਦਵਾਇਆ ਕਿ ਕੈਨੇਡਾ ਸਟੱਡੀ ਵੀਜ਼ਾ ਦੇ ਅਗਰ ਤੁਸੀਂ ਸਾਰੇ ਐਲੀਜੀਬਿਲਿਟੀਜ਼ ਨੂੰ ਪੂਰਾ ਕਰ ਰਹੇ ਹਾਂ ਤਾਂ ਕੈਨੇਡਾ ਤੁਹਾਨੂੰ ਸਟੱਡੀ ਵੀਜ਼ਾ ਡੈਫੀਨੇਟਲੀ ਦੇਵੇਗਾ। ਸੋ ਇਹਨਾਂ ਦਾ ਕੇਸ ਅਸੀਂ ਲਗਾਇਆ, ਕੇਸ ਲਗਾਉਣ ਤੋਂ ਬਾਅਦ ਵੀਜ਼ਾ ਵੀ ਮਿਲਿਆ ਹੈਗਾ ਵਾ। ਸੋ ਆਓ ਅੱਜ ਜਸਵਿੰਦਰ ਕੌਰ ਦੇ ਨਾਲ ਜੋ ਫਿਰੋਜ਼ਪੁਰ ਸ਼ਹਿਰ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਜ਼ੁਬਾਨੀ ਸੁਣੋ ਕਿ ਉਹਨਾਂ ਨਾਲ ਸਾਡਾ ਐਕਸਪੀਰੀਅੰਸ ਜਿਹੜਾ ਸੀਗਾ, ਸਾਡੀ ਡੀਲਿੰਗਸ ਵਗੈਰਾ ਜਿਹੜੀ ਸੀਗੀ ਉਹ ਕਿਸ ਤਰੀਕੇ ਦੀ ਰਹੀ ਹੈਗੀ ਆ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਮੈਂ ਫਿਰੋਜ਼ਪੁਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਅਤੇ ਮੇਰੀ ਪਹਿਲਾਂ ਰਿਫਿਊਜ਼ਲ ਆ ਚੁੱਕੀ ਹੈ ਕੈਨੇਡਾ ਦੀ, ਇਹ ਸਾਰੀ ਪ੍ਰੋਬਲਮ ਏਜੰਟ ਕਰਕੇ ਆਈ ਕਿਉਂਕਿ ਉਹਨੇ ਮੇਰਾ ਕੋਰਸ ਗਲਤ ਲਗਾ ਦਿੱਤਾ ਸੀ, ਇਹ ਮੇਰੀ ਰਿਫਿਊਜ਼ਲ। ਅਤੇ ਮੈਂ ਫਿਰ ਮੇਰੇ ਫਰੈਂਡਸ ਨੇ ਮੈਨੂੰ ਰਿਕਮੈਂਡ ਕੀਤਾ ਡਾਕਟਰ ਜਸਵੀਰ ਸਿੰਘ ਨੇ ਇੰਡਸਟਰੀ ਇੰਸਟੀਟਿਊਟ ਬਾਰੇ, ਫਿਰ ਮੈਂ ਇੱਥੇ ਆਈ ਅਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਅਤੇ ਮੈਂ ਬਹੁਤ ਖੁਸ਼ ਹੋਈ ਇੱਥੇ ਆ ਕੇ। ਅਤੇ ਫਿਰ ਮੈਨੂੰ ਆਫਟਰ 7 ਡੇਜ਼ ਮੈਨੂੰ ਆਪਣਾ ਵੀਜ਼ਾ ਮਿਲ ਗਿਆ ਅਤੇ ਮੈਂ ਬਹੁਤ ਖੁਸ਼ ਹਾਂ ਹੁਣ। ਅਤੇ ਮੈਂ ਆਪਣੇ ਫਰੈਂਡਸ ਅਤੇ ਰਿਲੇਟਿਵਸ ਨੂੰ ਇਹੀ ਰਿਕਮੈਂਡ ਕਰਾਂਗੀ ਕਿ ਉਹ ਇੱਥੋਂ ਆਪਣੀ ਫਾਈਲ ਲਗਾਉਣ, ਅਤੇ ਇਹਨਾਂ ਦਾ ਸਟਾਫ ਮੈਂਬਰ ਅਤੇ ਡਾਕਟਰ ਜਸਵੀਰ ਸਿੰਘ ਦਾ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ। ਸੋ ਦੋਸਤੋ, ਜਸਵਿੰਦਰ ਕੌਰ ਨੇ ਵੀ ਆਪਣਾ ਵੀਜ਼ਾ ਹਾਸਲ ਕੀਤਾ ਵਾ ਕਿਉਂਕਿ ਇਹਨਾਂ ਦੇ ਇੱਕ ਰਿਫਿਊਜ਼ਲ ਵੀ ਨਾਲ ਚੱਲ ਰਹੀ ਸੀਗੀ, ਬਟ ਫਿਰ ਵੀ ਇਹਨਾਂ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਹੋਇਆ ਵਾ। ਬਹੁਤ ਸਾਰੇ ਬੱਚੇ ਹੈਗੇ ਆ ਜਿਨ੍ਹਾਂ ਦਾ ਅਸੀਂ 3-3, 4-4 ਵਾਰ ਰਿਫਿਊਜ਼ਲ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਵੀਜ਼ੇ ਕਢਵਾ ਕੇ ਦਿੱਤੇ ਆ। ਸੁਪਨੇ ਸਾਕਾਰ ਕਰਨਾ ਚਾਹੁੰਦੇ ਆ, ਕੈਨੇਡਾ ਜਾਣਾ ਚਾਹੁੰਦੇ ਆ ਤਾਂ ਇੰਗਲਿਸ਼ ਟ੍ਰੀ ਨੂੰ ਜੁਆਇਨ ਕਰੋ। ਇੰਗਲਿਸ਼ ਟ੍ਰੀ ਦੇ ਨਾਲ ਇੱਕ ਵਾਰੀ ਆਪਣਾ ਐਕਸਪੀਰੀਅੰਸ ਜ਼ਰੂਰ ਲੈ ਕੇ ਦੇਖੋ, ਤੁਹਾਨੂੰ ਤੁਹਾਡਾ ਮਨ ਚਾਹਿਆ ਡੈਸਟੀਨੇਸ਼ਨ ਜਿਹੜਾ ਹੈਗਾ ਵਾ, ਚਾਹੇ ਉਹ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆ ਜਾਂ ਅਮੈਰੀਕਾ ਹੈਗਾ ਵਾ, ਉਹ ਜ਼ਰੂਰ ਡੈਫੀਨੇਟਲੀ ਪ੍ਰਾਪਤ ਹੋਵੇਗਾ। ਅਗਰ ਤੁਹਾਡੀ ਐਲੀਜੀਬਿਲਿਟੀ ਪੂਰੀ ਹੈਗੀ ਹੈ ਤਾਂ ਤੁਹਾਨੂੰ ਵੀਜ਼ਾ ਡੈਫੀਨੇਟਲੀ ਮਿਲੇਗਾ। ਸੋ ਅਗਰ ਕਿਸੇ ਬੱਚੇ ਦੇ 50% ਤੋਂ ਬਿਲੋ ਮਾਰਕਸ ਹੈਗੇ ਆ, ਉਹਨਾਂ ਦੇ ਕੋਲ 6 ਨੋਟ ਲੈਸ 5.5 ਮਾਰਕਸ ਹੈਗੇ ਆ, ਮੈਂ ਉਹਨਾਂ ਬੱਚਿਆਂ ਨੂੰ ਰਿਕਮੈਂਡ ਕਰੂੰਗਾ ਇੰਗਲਿਸ਼ ਟੀ ਕੋਲ ਆਓ, ਆਪਣੇ ਕੇਸ ਲਗਵਾਓ, ਕਿਉਂਕਿ ਅਸੀਂ ਸਾਰੀ ਪੇਮੈਂਟ ਜਿਹੜੀ ਹੈਗੀ ਆ ਆਫਟਰ ਵੀਜ਼ਾ ਲੈਂਦੇ ਹਾਂ। ਤੁਹਾਨੂੰ ਵੀਜ਼ਾ ਰਿਸੀਵ ਹੋਏਗਾ ਤਾਂ ਤੁਸੀਂ ਆਪਣੀ ਪੇਮੈਂਟ ਕਰ ਸਕਦੇ ਹੋ। ਸੋ ਧੰਨਵਾਦ, ਮਿਲਾਂਗੇ, ਆਓ, ਓਰਿਜਿਨਲ ਡਾਕੂਮੈਂਟ ਲੈ ਕੇ ਆਓ ਤੇ ਆਪਣੇ ਕੈਨੇਡਾ ਜਾਣ ਦੇ ਸੁਪਨੇ ਨੂੰ ਸਾਕਾਰ ਕਰੋ। ਧੰਨਵਾਦ।